ਵਾਹਿਗੁਰੂ ਜੀ ਕੀ ਫਤਿਹ। ਭਾਈ ਦਇਆ ਸਿੰਘ ਸੇਬ ਜਥੇ ਦੇ ਆ ਸਾਰੇ ਸਿੰਘਾਂ ਦੀ ਬੈਠ ਕੇ ਇਕੱਤਰਤਾ ਹੋਈ, ਜੋ ਕਰੋਨਾ ਵਾਇਰਸ ਕਰਕੇ ਲੰਗਰ ਦੀ ਸੇਵਾ ਚੱਲ ਰਹੀ ਹੈ, ਜੋ ਕਿ ਇਸ ਜਥੇ ਨੂੰ ਮਹਾਂਪੁਰਸ਼ਾਂ ਦਾ ਹੁਕਮ ਹੈ ਕਿ ਸਿੱਖੀ ਦਾ ਪ੍ਰਚਾਰ ਕਰਨਾ ਹੈ ਅਤੇ ਸੇਵਾ ਕਰਨੀ ਹੈ, ਉਸ ਨੂੰ ਨਿਭਾਉਂਦਿਆਂ ਜੋ ਵੀ ਸੇਵਾਵਾਂ ਜਥੇ ਨੇ ਸ਼ੁਰੂ ਕੀਤੀਆਂ ਹਨ ਉਹਦੇ ਬਾਰੇ ਸਾਰਾ ਵਿਚਾਰ ਵਿਚੰਦਰਾ ਹੋਇਆ ਹੈ। ਭਾਈ ਦਇਆ ਸਿੰਘ ਸੇਬ ਜਥਾ ਮਹਾਂਪੁਰਸ਼ਾਂ ਦੀ ਰਹਿਮਾਨੀ ਹੇਠ ਤਿਆਰ ਬਣਾਇਆ ਗਿਆ ਹੈ ਅਤੇ ਭਾਈ ਦਇਆ ਸਿੰਘ ਜੀ ਸੇਵ ਜਥਾ ਹਰ ਰੋਜ਼ ਗੁਰੂ ਕੇ ਲੰਗਰ ਤਿਆਰ ਕਰਕੇ ਜਗ੍ਹਾ ਜਗ੍ਹਾ ਬੈਠ ਕੇ ਸੰਗਤਾਂ ਨੂੰ ਛਕਾਉਂਦਾ ਹੈ। ਇਸ ਜਥੇ ਦਾ ਸਿਆਸੀ ਕਿਸੇ ਵੀ ਪਾਰਟੀ ਨਾਲ ਸੰਬੰਧ ਨਹੀਂ ਅਤੇ ਨਾ ਹੀ ਸਰਕਾਰੀ ਕੋਈ ਰਾਸ਼ਨ ਲੈਂਦਾ ਹੈ। ਇਹ ਜਥੇ ਦੇ ਸਾਰੇ ਸਿੰਘ ਆਪਣੇ ਦਸਾਂ ਨਾਵਾਂ ਦੀ ਕਿਰਤ ਕਮਾਈ ਨੂੰ ਸਫਲਿਆ ਕਰਦੇ ਹੋਏ ਹੱਥੀਂ ਲੰਗਰ ਤਿਆਰ ਕਰਦੇ ਹਨ। ਯੂਨਾਈਟਡ ਫੈਡਰੇਸ਼ਨ ਸਰਦਾਰ ਸੋਹਣ ਸਿੰਘ ਜੀ ਗੋਗਾ ਅਤੇ ਨਾਰੀ ਏਕਤਾ ਸੰਸਥਾ ਦੀ ਸਾਡੀ ਭੈਣ ਸਤਿਕਾਰਯੋਗ ਬੀਬੀ ਕੁਲਵਿੰਦਰ ਕੌਰ ਗੋਗਾ, ਜੋ ਕਿ ਇਸ ਜਥੇ ਨਾਲ ਮਿਲ ਕੇ ਇੱਕ ਟੀਮ ਬਣਾਈ ਗਈ ਹੈ, ਜੋ ਟੀਮ ਜਗ੍ਹਾ ਜਗ੍ਹਾ 'ਤੇ ਜਾ ਕੇ ਗੁਰੂ ਕੇ ਲੰਗਰ ਸੰਗਤਾਂ ਨੂੰ ਬਿਠਾ ਕੇ ਛਕਾਉਂਦੀਆਂ ਹਨ। ਦੋਨੋਂ ਜਥੇਬੰਦੀਆਂ ਮਿਲ ਕੇ ਸੰਗਤਾਂ ਦੀ ਸੇਵਾ ਦੇ ਵਿੱਚ ਪੂਰੀ ਤਰ੍ਹਾਂ ਤਤਪਰ ਰਹਿੰਦੀਆਂ ਹਨ। ਮੇਰੀ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਕਿੰਤੂ ਪਰੰਤੂ ਛੱਡ ਕੇ ਇਹ ਜੋ ਸੇਵਾ ਦਾ ਮਹਾਨ ਕੁੰਭ ਸਿੱਖ ਸੰਗਤਾਂ ਨੂੰ ਮਿਲਿਆ ਹੈ, ਇਸ ਦੇ ਵਿੱਚ ਆਪਾਂ ਵੱਧ ਤੋਂ ਵੱਧ ਸਹਿਯੋਗ ਦਈਏ, ਰਲ ਮਿਲ ਕੇ ਜਿੱਥੇ ਵੀ ਕੋਈ ਲੋੜਵੰਦ ਭੁੱਖਾ ਬੈਠਾ ਹੈ ਉਸ ਨੂੰ ਲੰਗਰ ਛਕਾ ਕੇ ਤਿਆਰ ਕਰਕੇ ਲੰਗਰ ਛਕਾਈਏ ਅਤੇ ਆਪਣਾ ਲੋਕ ਸੁਖੀਆ ਪਰਲੋਕ ਸੇਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।